ਇੱਥੇ ਬੈਠਾ ਮੈਂ ਟ੍ਰੇਨ ਦੇ ਥੱਲੇ ਆਣਾ ਮੈਂ ਕਿਹਦੇ ਥੱਲੇ ਆਣਾ ਟ੍ਰੇਨ ਦੇ ਥੱਲੇ ਆਣਾ ਮੈਂ ਤੇ ਤੁਹਾਨੂੰ ਪਤਾ ਕਿ ਪਾਕਿਸਤਾਨੀ ਟ੍ਰੇਨਾਂ ਨੇ ਖੁਦਕੁਸ਼ੀ ਆਸ ਮੁਰਾਸਬ ਨਹੀਂ ਹੈ ਤੇ ਲੇਟ ਆਉਂਦੀਆਂ ਨੇ ਮੈਨੂੰ ਰੋਕਣਾ ਨਹੀਂ ਅੱਜ ਤੋਂ ਮੈਂ ਤੁਹਾਨੂੰ ਰੋਕਿਆ ਹੈ ਆਪਣੀ ਮਾਂ ਨੇ ਦੱਸਣਾ ਮੈਂ ਤੇ ਹਲੇ ਗੱਲ ਕਰਨ ਦੇ ਖੁਦਕੁਸ਼ੀ ਕਰਨੀ ਹੈ ਮੈਂ ਖੁਦਕੁਸ਼ੀ ਕਰਨੀ ਆ ਆਖਰੀ ਫੈਸਲਾ ਤੁਹਾਡਾ ਆਖਰੀ ਫੈਸਲਾ ਮੇਰਾ ਤੇ ਫਿਰ ਉਹਦੇ ਵਿੱਚ ਬਹਿਣਾ ਸੀ ਟ੍ਰੇਨ ਪਟਰੀ ਦੇ ਇੱਥੇ ਬਾਹਰ ਬੈਣ ਦੀ ਕਿਲੋ ਇੱਧਰ ਸਾਈਡ ਤੋਂ ਆਉਣੀ ਟ੍ਰੇਨ ਮੈਂ ਪਹਿਲੇ ਵਿੱਚ ਲੰਬੇ ਪੈ ਜਾ ਹੈ ਟਾਈਮ ਜ਼ਾਇਆ ਕਰਾਂ ਮੈਂ ਆਪਣਾ ਜੇ ਮੇਰੀ ਕੰਡ ਛਿੱਲੀ ਗਈ ਤੇ ਕੌਣ ਜ਼ਿੰਮੇਦਾਰ ਹੈ ਵਾਹ 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 ਯਾਨੀ ਕਿ ਮਰਨਾ ਵੀ ਹੈ ਤੇ ਕੰਡ ਛਿੱਲੀ ਜਾਣ ਦੀ ਵੀ ਟੈਨਸ਼ਨ ਹੈ ਤਾਂ ਅੱਗ ਕਿ ਮੈਂ ਸੋਚਿਆ ਕਿ ਮੈਂ ਖੁਦ ਖੁਸ਼ੀ ਕਰ ਲੈਣੀ ਆ ਬਸ ਤੁਸੀਂ ਪਹਿਲੇ ਕਿਉਂ ਨਹੀਂ ਸੋਚਿਆ ਇੰਨਾ ਟਾਈਮ ਜ਼ਾਇਆ ਕੀਤਾ ਉਹ ਹਾਰਨ ਦੀ ਆਵਾਜ਼ ਆਣ ਰਹੀ ਆ ਨਹੀਂ ਨਹੀਂ ਉਧਰੋਂ ਜਿੱਤਣ ਦੀ ਆਉਣ ਰਹੀ ਹਾਰਨ ਦੀ ਨਹੀਂ ਆਉਣ ਰਹੀ ਓਏ ਵਿਕੀ ਕਿਤੇ ਫੜ ਕੇ ਪਰੇ ਲੈ ਜਾ ਮੈਨੂੰ ਕਿਤੇ ਪਰੇ ਲੈ ਜਾ ਪਰੇ ਵੀ ਲੈ ਜਾ ਯਾਰ ਪਰੇ ਲੈ ਜਾ ਆਹੋ ਯਾਰ ਨਹੀਂ ਨਹੀਂ ਪਤਾ ਕੀ ਗੱਲ ਹੈ ਦਵਾਰਾ ਸਾਹਿਬ ਮੈਂ ਹਮੇਸ਼ਾ ਇੱਕ ਦੇਖਿਆ ਕਿ ਤੁਸੀਂ ਆਪਣੀ ਗੱਲ ਵਿਆਈ ਤੇ ਮੈਂ ਤੁਹਾਨੂੰ ਝੂਠਾ ਨਹੀਂ ਕਿ ਪਾਉਣਾ ਅੱਛਾ ਨਾ ਤੁਸੀਂ ਘਰ ਕਹਿ ਕੇ ਰੋ ਮਰਨ ਚੱਲੋ ਮੈਂ ਕਹਿਤਾ ਮੈਂ ਮਰ ਜਾਣਾ ਤੇ ਫਿਰ ਤੁਹਾਡੀ ਰਹਿੰਦੀ ਨਹੀਂ ਦਵਾਰਾ ਸਾਹਿਬ ਇਸ ਤਰ੍ਹਾਂ ਨਾ ਅਗਰ ਤੁਸੀਂ ਜ਼ਿੰਦਾ ਵਾਪਸ ਗਏ ਨਾ ਮੇਰਾ ਨਹੀਂ ਖਿਆਲ ਕਿ ਤੁਹਾਡੀ ਮਜ਼ੀਦ ਇੱਜ਼ਤ ਵਧੇਗੀ ਬਹੁਤ ਅੱਛੇ ਯਾਰ ਹੱਦ ਹੋ ਗਈ ਵੈਸੇ ਦੀਵਾਨਾ ਸਾਹਿਬ ਕੀ ਗੱਲ ਘੰਟੇ ਤੋਂ ਲੱਭ ਰਿਹਾ ਮੈਂ ਤੁਹਾਨੂੰ ਲੈਣਾ ਤੇ ਖੱਜਲ ਹੋ ਰਿਹਾ ਉਹ ਕਾਹਦੇ ਆਸੇ ਲੱਭਣ ਡਿਆ ਤੋਂ ਮੈਨੂੰ ਹੈ ਕਾਹਦੇ ਆਸੇ ਮੈਂ ਲੱਭਣ ਡਿਆ ਤੋਂ ਤੇ ਤੁਸੀਂ ਕਾਹਦੇ ਲਈ ਲੁਕਣ ਡਏ ਹੋ ਸਾਡੇ ਕੋਲ ਖੈਰ ਇੱਥੇ ਕਿਉਂ ਬੈਠੇ ਇੱਥੇ ਬੈਠਾ ਮੈਂ ਟ੍ਰੇਨ ਦੇ ਥੱਲੇ ਆਣਾ ਮੈਂ ਕਿਹਦੇ ਥੱਲੇ ਆਣਾ ਟ੍ਰੇਨ ਦੇ ਥੱਲੇ ਆਣਾ ਮੈਂ ਤੇ ਤੁਹਾਨੂੰ ਪਤਾ ਹੈ ਕਿ ਪਾਕਿਸਤਾਨੀ ਟ੍ਰੇਨਾਂ ਨੇ ਖੁਦਕੁਸ਼ੀ ਆਸ ਮੁਰਾਸਬ ਨਹੀਂ ਤੇ ਲੇਟ ਆਉਂਦੀਆਂ ਨੇ ਓਏ ਆਏਗੀ ਤੇ ਸਹੀ ਨਾ ਕਿ ਹੋਰ ਸਟੇਸ਼ਨ ਤੇ ਚਲਾ ਜਾਵਾਂ ਮੈਂ ਮਰਨ ਵਾਸਤੇ ਮੈਂ ਮਰ ਜਾਣਾ ਮੈਂ ਇੱਥੇ ਰਹਿਣਾ ਮੈਨੂੰ ਜ਼ਿੰਦਗੀ ਤੋਂ ਨਫ਼ਰਤ ਹੋ ਗਈ ਆ ਓਏ ਹੋਏ ਹੋਏ ਘਰ ਮੈਂ ਗਿਆ ਤੇ ਕਰਮ ਨੂੰ ਪਤਾ ਲੱਗਾ ਜੀ ਆ ਸਿਆਪਾ ਬਣ ਗਿਆ ਤੇ ਦੀਵਾਨਾ ਸਾਹਿਬ ਗਏ ਨੇ ਉਹ ਨਹੀਂ ਮਾਜਾ ਹੁਣ ਕਦੀ ਲੈਣ ਵਾਲੀ ਸਾਈਡ ਤੇ ਜਾ ਰਹੇ ਉਹ ਐਡਾ ਮਰਨ ਵਾਲੀ ਕਿਹੜੀ ਨੌਬਤ ਆ ਗਈ ਕਿ ਤੁਹਾਨੂੰ ਸਿਆਪਾ ਪੈ ਗਿਆ ਮਰਨਾ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਮਰ ਜਾਣਾ ਗੱਡੀ ਆਉਣ ਦੀ ਦੇਰ ਆ ਮੈਂ ਗੱਡੀ ਥੱਲੇ ਲੇਟ ਜਾਣਾ ਆ ਗੱਡੀ ਲੇਟ ਆਉ ਮੈਂ ਤੁਹਾਨੂੰ ਸਟੇਸ਼ਨ ਤੇ ਲੈ ਜਾ ਉਹਦੇ ਕਿੰਨੀਆਂ ਖਲੋਤੀਆਂ ਹੱਦ ਹੋ ਗਈ ਤੇਰੇ ਵਾਲੀ ਕਿ ਗੱਡੀ ਥੱਲੇ ਆ ਕੇ ਮਰ ਜਾਓ ਕਿਹੜੀ ਮਹਿੰਗੀ ਥੱਲੇ ਇਹ ਥੋੜੀ ਮਹਿੰਗੀ ਆ ਖੁਦਕੁਸ਼ੀ ਕਰਨੀ ਮੈਂ ਖੁਦਕੁਸ਼ੀ ਕਰਨੀ ਆ ਆਖਰੀ ਫੈਸਲਾ ਤੁਹਾਡਾ ਆਖਰੀ ਫੈਸਲਾ ਮੇਰਾ ਤੇ ਫਿਰ ਉਹ ਉਹਦੇ ਵਿੱਚ ਬਹਿਣਾ ਸੀ ਟ੍ਰੇਨ ਪਟਰੀ ਦੇ ਇੱਥੇ ਬਾਹਰ ਬੈਣ ਦੀ ਕਿਲੋ ਇੱਧਰ ਸਾਈਡ ਤੋਂ ਆਉਣੀ ਟ੍ਰੇਨ ਮੈਂ ਪਹਿਲੇ ਵਿੱਚ ਲੰਬੇ ਪੈ ਜਾ ਹੈ ਟਾਈਮ ਜ਼ਾਇਆ ਕਰਾਂ ਮੈਂ ਆਪਣਾ ਜੇ ਮੇਰੀ ਕੰਡ ਛਿੱਲੀ ਗਈ ਤੇ ਕੌਣ ਜ਼ਿੰਮੇਦਾਰ ਹੈ ਵਾਹ 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 ਯਾਨੀ ਕਿ ਮਰਨਾ ਵੀ ਹੈ ਤੇ ਕੰਡ ਛਿੱਲੀ ਜਾਣ ਦੀ ਵੀ ਟੈਨਸ਼ਨ ਮੈਂ ਬਹੁਤ ਦੁਖੀ ਹੋ ਗਿਆ ਵਿਕੀ ਮੈਂ ਮੈਨੂੰ ਨਾ ਰੋਕੀ ਤੇਰੀ ਮਿਹਰਬਾਨੀ ਆ ਬਗਰੋਂ ਤੁਹਾਡੀ ਬਾਹ ਫੜੀ ਪੁੱਤਰ ਮੈਂ ਮੁੰਡਿਆਂ ਕੋ ਤੰਗ ਆ ਗਿਆ ਓਏ ਓਏ ਘਰੋਂ ਕੱਢਤਾ ਮੈਨੂੰ ਉਹਨਾਂ ਨੇ ਹੈ ਘਰੋਂ ਕੱਢਤਾ ਕਹਿੰਦੇ ਕੋਈ ਕੰਮ-ਕੁਮ ਕਰ ਸਾਰੀ ਜ਼ਿੰਦਗੀ ਮੈਂ ਹੀ ਕੰਮ ਕੀਤਾ ਪੜਾਇਆ ਲਿਖਾਇਆ ਜਵਾਨ ਕੀਤਾ ਅੱਜ ਮੈਨੂੰ ਕਹਿੰਦੇ ਆਪਾਂ ਕੰਮ ਤੇ ਜਾ ਮੁੰਡੇ ਬੜਾ ਕਹਿੰਦੇ ਨੇ ਤੁਹਾਡੇ ਮੁੰਡੇ ਮੇਰੇ 6 ਆ ਤੇ ਇਸ ਤੋਂ ਜ਼ਿਆਦਾ ਕੀ ਕੰਮ ਕਰੋਗੇ ਕੀ ਮਤਲਬ ਹੈ ਉਸ ਤੋਂ ਇਲਾਵਾ ਵੀ ਕਹਿੰਦੇ ਕੰਮ ਕਰ ਕੋਈ ਓ ਯਾਰ ਇਹ ਅੱਲਾ ਦੀ ਦੇਣ ਆ ਹਾਂ ਮੈਨੂੰ ਕਹਿੰਦੇ ਨੇ ਕੋਈ ਇੱਟਾਂ ਚੁੱਕ ਤੁਹਾਨੂੰ ਵੀ ਤੇ ਪਤਾ ਹੋਣਾ ਚਾਹੀਦਾ ਜਵਾਨਾ ਸਾਹਿਬ ਵੇਖੋ ਇੱਕ ਕੰਮ ਨਾਲ ਗੁਜ਼ਾਰਾ ਹੁੰਦਾ ਭਲਾ 6 ਮੁੰਡੇ ਤਾੜੀ ਕੋਈ ਕੰਮ ਕਰਦੇ ਨੇ ਸਾਰੀ ਜ਼ਿੰਦਗੀ ਨਾਲ ਕੋ ਹੋਰ ਕੰਮ ਵੀ ਕਰੀਦਾ ਹੁੰਦਾ ਵਕਤ ਕਿਹੜਾ ਜਾ ਰਿਹਾ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਵੀ ਕਿ ਮੈਨੂੰ ਨਾ ਸਤਾ ਮੈਂ ਨਹੀਂ ਮੁੜ ਕੇ ਆਉਣਾ ਮੇਰਾ ਤੁਹਾਡੇ ਨਾਲ ਵਾਦਾ ਹੈ ਟ੍ਰੇਨ ਹੈ ਕਿ ਮੈਂ ਪਰੇ ਹੋ ਜਾਣਾ ਮੈਂ ਤੁਹਾਨੂੰ ਰੋਕਾਂਗਾ ਨਹੀਂ ਓਏ ਕਿਸੇ ਨੂੰ ਰੋਕ ਵੀ ਲਈਦਾ ਪੁੱਤਰ ਓਏ ਅੱਛਾ ਰੋਕ ਲਈਦਾ ਕਿਸੇ ਨੂੰ ਤੇ ਕਿਸੇ ਦੀ ਸੁਣ ਵੀ ਲਈਦੀ ਕਿ ਪਹਿਲੇ ਕੀ ਸੁਣਾ ਪੁੱਤਰ ਕਿੱਥੇ ਗਈਆਂ ਔਰਤਾਂ ਉਹ ਐ ਨੂੰ ਗਈਆਂ ਪਾਇਰ ਫੈਮਿਲੀ ਸੀ ਇੱਕ ਮਰਦੇ ਮਰਦੇ ਵੀ ਤੁਹਾਡੇ ਦੇ ਚ ਔਰਤਾਂ ਨੇ ਓਏ ਸਹੀ ਮਾਰਦੇ ਨੇ ਮੁੰਡੇ ਤੁਹਾਨੂੰ ਇਹ ਗੱਲ ਨਹੀਂ ਪੁੱਤਰ ਔਰਤਾਂ ਕਿੱਥੇ ਜਿਹੜੀ ਖਾਵੰਦ ਨੂੰ ਸਿਰ ਦਾ ਤਾਜ ਸਮਝਦੀਆਂ ਸਨ ਓਏ ਭਾਈ ਜੀ ਅੱਜ ਦੀ ਔਰਤਾਂ ਮੈਨੂੰ ਤਾਜ ਦੇਣ ਨਹੀਂ ਸਮਝਣ ਰਹੀ ਉਹ ਓਏ ਮੁੰਡਿਆਂ ਨੂੰ ਕਹਿੰਦੀ ਆਪਣੇ ਪਿਓ ਨੂੰ ਕੁੱਟੋ ਐ ਤਾਂ ਮਾੜੀ ਗੱਲ ਨਹੀਂ ਕੀ ਦੇਖੋ ਨਾ ਬਾਹਰ ਕਿਸੇ ਨੂੰ ਕੁੱਟਣਗੇ ਪਰਚਾ ਹੋਏਗਾ ਟੈਨਸ਼ਨ ਬਣੇਗੀ ਨਾ ਹੈ ਤਾਂ ਕਿ ਬੱਚੇ ਘਰ ਹੀ ਕੁੱਟਣ ਤੇ ਘਰ ਹੀ ਬੈਠੇ ਨੇ ਯਾਰ ਤੂੰ ਸੋਚ ਕੀ ਔਲਾਦ ਪਲਦਾ ਕਾਹਦੇ ਲਈ ਜਪਦਾ ਕਿ ਬੁਢਾਪੇ ਦਾ ਸਾਰਾ ਬਣੇ ਨਹੀਂ ਬਣ ਐ ਤੇ ਗੱਲ ਤੇ ਤੁਹਾਡੀ ਬਿਲਕੁਲ ਠੀਕ ਲੇਕਿਨ ਅੱਜਕੱਲ ਦੇ ਬੱਚੇ ਹੈ ਹੀ ਇੱਜ਼ਤ ਨਹੀਂ ਕਰਦੇ ਮਾਪਿਓ ਦੀ ਮੈਂ ਕਿੰਨਾ ਘਟਾ ਇੱਜ਼ਤ ਕਰਨੀ ਆ ਓਏ ਹੋਏ ਪੂਰੇ ਬੱਲੇ ਜੀ ਜ਼ਲੀਲ ਕਰਦਾ ਅੱਖ ਕਿ ਮੈਂ ਸੋਚਿਆ ਕਿ ਮੈਂ ਖੁਦ ਖੁਸ਼ੀ ਕਰ ਲੈਣੀ ਆ ਬਸ ਤੁਸੀਂ ਪਹਿਲੇ ਕਿਉਂ ਨਹੀਂ ਸੋਚਿਆ ਇੰਨਾ ਟਾਈਮ ਜ਼ਾਇਆ ਕੀਤਾ ਦੇਖੋ ਕਿੰਨੀ ਦੇਰ ਹੋ ਗਈ ਗੱਲ ਸੋਚਦੇ ਆ ਕੀ ਪੁੱਤਰ ਓਏ ਹਾਂਜੀ ਮੈਂ ਤੇ ਸੋਚ ਲਾ ਇਹ ਕਿਹੋ ਜਿਹੀ ਔਰਤ ਆ ਗਈ ਆ ਕਿੱਥੇ ਬੱਲੇ ਜੀ ਯਾਰ ਕਿੱਥੇ
ਜਿਹੜੀ ਦੇਖੋ ਨਾ ਮੈਨੂੰ ਕਹਿੰਦੀ ਪਿਓ ਨੂੰ ਮਾਰੋ ਪਿਓ ਨੂੰ ਕੁੱਟੋ ਘਰੋਂ ਬਾਹਰ ਕੱਢਦੇ ਹੋ ਹਾਏ 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 ਯਾਰ ਇਹ ਜ਼ੁਲਮ ਨਹੀਂ ਆ ਬੜਾ ਅਫਸੋਸ ਹੋਇਆ ਦੀਵਾਨ ਸਾਹਿਬ ਖੁਦਾ ਸਾਰੀ ਜ਼ਿੰਦਗੀ ਖੋਤੇ ਵਾਂਗੂ ਕੰਮ ਕੀਤਾ ਔਲਾਦ ਲਈ ਹੈ ਖੋਤੇ ਵਾਂਗੂ ਕੰਮ ਕੀਤਾ ਔਲਾਦ ਵਾਸਤੇ ਓਏ ਹੋਏ ਔਲਾਦ ਨਹੀਂ ਬਣੀ ਨਹੀਂ ਐ ਸਿਲਾ ਮਿਲਿਆ ਓਏ ਹੋਏ ਦੀਵਾਨ ਸਾਹਿਬ ਤੁਹਾਡਾ ਦੁੱਖ ਬੜਾ ਵੱਡਾ ਬਸ ਦੱਸਾਂ ਕੀ ਦੱਸਾਂ ਤੁਹਾਨੂੰ ਤੇ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈ ਪਤਾ ਨੀ ਕਿੰਨਾ ਲੰਮਾ ਦੁੱਖ ਕਰ ਕਿੰਨਾ ਕਿ ਟਾਈਮ ਲੱਗੂ ਉਹ ਹਾਰਨ ਦੀ ਆਵਾਜ਼ ਆਣ ਰਹੀ ਆ ਨਹੀਂ ਨਹੀਂ ਉਧਰੋਂ ਜਿੱਤਣ ਦੀ ਆਉਣ ਰਹੀ ਹਾਰਨ ਦੀ ਨਹੀਂ ਆਉਣ ਰਹੀ ਓਏ ਹਾਰਨ ਗੱਡੀ ਦਾ ਤੇ ਹਾਰਨ ਨੂੰ ਕੀ ਕਰਨਾ ਤੁਸੀਂ ਪਰੇ ਹੋਣਾ ਮੈਂ ਲੈਣ ਦੇ ਵਿੱਚ ਜਾਣਾ ਲੈਣਾ ਦੇਣਾ ਨਸੀਬਾਂ ਦਾ ਹਾਏ ਮੈਂ ਨਹੀਂ ਲੈਣਾ ਲੈਣਾ ਜੀ ਕਿੱਥੇ ਉਹ ਮੈਂ ਲੈਣਾ ਤੇ ਚੱਲੇ ਹੀ ਆਣਾ ਅੱਜ ਉਹ ਨਹੀਂ ਮਰੀਦਾ ਹੁੰਦਾ ਦੀਵਾਰਾ ਸਭ ਨਹੀਂ ਮਰੀਦਾ ਹੁੰਦਾ ਇੰਜ ਨਿੱਕੇ ਨਿੱਕੇ ਗੱਲਾਂ ਤੋਂ ਮਰਨ ਲੱਗੋਗੇ ਤੁਸੀਂ ਤੇ ਦਿਹਾੜੀ ਚ 5-7 ਵਾਰੀ ਮਰੋਗੇ ਮੁੰਡੇ ਕੋਈ ਆਇਆ ਪਿੱਛੇ ਤੂੰ ਆ ਗਿਆ ਵੇਖ ਲੈ ਮੇਰੇ ਤਾਂ ਭਰਾ ਹੋ ਮੈਂ ਤਾਂ ਯਾਰ ਮੁੰਡੇ ਹੁੰਦੇ ਤੇ ਉਹਨਾਂ ਨੇ ਰੋਕ ਲੈਣਾ ਹੈ ਮੇਰਾ ਪੁੱਤ ਨੇ ਮੈਂ ਵੀ ਰੋਕਣ ਹੀ ਆਇਆ ਯਾਰ ਕੀ ਕੈਸੀ ਗੱਲ ਕਰਨ ਦਿਆ ਯਾਰ ਤੂੰ ਨਾ ਕਰ ਉਹ ਜਾਣ ਵਾਲਿਆਂ ਨਾਲ ਨਹੀਂ ਮਾਹੌਲ ਕਰੀਦਾ ਹਾਂ ਜਾਣ ਵਾਲਿਆਂ ਨਾਲ ਬਹਿਸ ਵੀ ਨਹੀਂ ਕਰੀਦੀ ਮੇਰਾ ਹੀ ਦਿਮਾਗ ਖਰਾਬ ਪਿੱਛੋਂ ਔਲਾਦ ਦਾ ਕੀ ਬਣੇਗਾ ਜੇ ਮੈਂ ਮਰ ਗਿਆ ਹੈ ਕੌਣ ਉਹਨਾਂ ਦਾ ਵਾਰਿਸ ਹੋਏਗਾ ਕਰੋ ਆਉਣ ਤੋਂ ਪਹਿਲੇ ਸੋਚਣੀ ਸੀ ਇਹ ਗੱਲ ਕਿ ਮੈਂ ਮਰ ਗਿਆ ਤੇ ਇਹਨਾਂ ਦਾ ਕੌਣ ਬਣੇਗਾ ਮੁੰਡੇ ਮੰਗਦੇ ਆ ਸਾਰੇ ਮੰਗਦੇ ਵੇਖਿਆ ਅੱਜ ਮੰਨਿਆ ਤੁਸੀਂ ਕਿ ਸਾਰੇ ਮੰਗਦੇ ਤੁਸੀਂ ਕਹਿੰਦੇ ਕਾਰੋਬਾਰ ਕਰਦੇ ਓਏ ਮੈਂ ਕਹਿਣਾ ਜਿਹੜੇ ਮਾਪੇ ਕਹਿੰਦੇ ਨੇ ਸਾਨੂੰ ਪੁੱਤਰ ਹੀ ਚਾਹੀਦੇ ਨੇ ਉਹ ਗੱਲ ਕਰਨ ਡਿਆ ਅਸਲ ਪੁੱਤਰ ਜਿਹੜੇ ਧੀਆਂ ਹੁੰਦੀਆਂ ਸਹੀ ਗੱਲ ਹੈ ਉਹ ਮਾਪਿਓ ਨੂੰ ਦੁੱਖ ਨਹੀਂ ਦਿੰਦੀਆਂ ਹਾਏ ਹਾਏ ਜਵਾਨ ਸਾਹਿਬ ਵਾਕੀ ਸਹੀ ਗੱਲ ਔਲਾਦ ਲਈ ਬੰਦਾ ਕਿੱਥੇ ਮੰਗਦਾ ਹਾਏ ਜ਼ਲੀਲ ਹੁੰਦਾ ਚੋਰੀ ਕਰਦਾ ਟਿਕਟੀਆਂ ਕਰਦਾ ਔਲਾਦ ਵਾਸਤੇ ਚੋਰੀ ਟਿਕਟੀ ਵੀ ਉਹ ਬੱਚੇ ਨਹੀਂ ਪਾਲਦੇ ਕੀ ਕਰੇ ਬੰਦਾ ਕੀ ਕੀ ਕਰਦਾ ਔਲਾਦ ਲਈ ਚੋਰੀਆਂ ਟਿਕਟੀਆਂ ਕਰਕੇ ਬੱਚੇ ਪਾਲਦੇ ਤਾਂ ਕਿ ਉਹ ਵੀ ਡਾਕੂ ਬਣਨ ਗੱਲ ਨੂੰ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ ਪਰ ਗੱਡੀ ਕਿੱਥੇ ਗਿਆ ਆ ਜਾਂਦੀ ਗੱਡੀ ਮੇਰੀ ਗੱਲ ਹੋਈ ਉਹਨਾਂ ਨਾਲ ਮੈਂ ਕਿਹਾ ਸਾਡਾ ਇੱਕ ਬੰਦਾ ਲਈ ਜਾਣਾ ਹੈ ਆਹੋ ਮੈਨੂੰ ਕੋਈ ਮੇਰੀ ਗੱਲ ਕਿੱਥੇ ਬਖਾਨੇ ਵਾਲ ਜਾਣਾ ਯਾਰ ਨਹੀਂ ਤੁਸੀਂ ਸੋਚੀ ਕਿਉਂ ਇਹ ਗੱਲ ਕਾਰੋਬਾਰ ਹੋਰ ਕਿਉਂ ਨਹੀਂ ਕਰਦੇ ਕੋਈ ਨਹੀਂ ਜੇ ਕਾਰੋਬਾਰ ਇੱਕ ਹੋਰ ਕਰ ਲੈਂਦੇ ਕਾਰੋਬਾਰ ਚੱਲ ਜਾਂਦਾ ਅੱਜ ਨੋਬਤ ਨਾ ਆਉਂਦੀ ਮਠਿਆਈ ਦੀ ਦੁਕਾਨ ਕੀਤੀ ਮੈਂ ਮਿੱਠਾ ਬੋਤਾ ਪੈ ਗਿਆ ਨਹੀਂ ਚੱਲੀ ਨਹੀਂ ਚੱਲੀ ਤੇ ਇੱਕੋ ਵਾਰੀ 10 ਸਾਲ ਦੀ ਬਣਾ ਲਈ ਕੀ ਮਤਲਬ ਵੀ ਅੱਜ ਮਿੱਠਾ ਵੱਧ ਪੈ ਗਿਆ ਕੱਲ ਘੱਟ ਪਾ ਲਓ ਬੜੀਆਂ ਕੰਮ ਤਾਂ ਮੈਂ ਬੜੇ ਕੀਤੇ ਆ ਅੱਛਾ ਪਠੂਰੇ ਹਾਏ ਪਠੂਰੇ ਲਾਏ ਗਾਹ ਕੋਈ ਨਾ ਆਇਆ ਫਿਰ ਪਠੂਰੇ ਇੰਜ ਹੋ ਗਏ ਖੇਡਣ ਵਾਲੀ ਪਲੇਟਾਂ ਨਹੀਂ ਹੁੰਦੀਆਂ ਸੁੱਕ ਗਏ ਸੁੱਕ ਗਏ ਪਠੂਰੇ ਦਿਲ ਛੱਡ ਗਏ ਹਾਏ ਹਾਏ ਮੈਂ ਵੀ ਛੱਡ ਦੇਣੀ ਆ ਦੁਨੀਆ ਹਾਂ ਠਹਿਰ ਕੇ ਛੱਡ ਦੇਣਾ ਵੇਖ ਹਲੇ ਟਾਈਮ ਕੀ ਹੋਇਆ ਮੈਂ ਕਹਿੰਦਾ ਕੋ ਚਾਰਜ ਹੀ ਇਕੱਠੇ ਹੋ ਜਾਣਾ ਹਾਂ ਚਾਰਜ ਹੀ ਕੀ ਇਕੱਠੇ ਹੋ ਜਾਣਾ ਗਵਾਹ ਤੇ ਬਣ ਜਾਣਾ ਵੀ ਆ ਬੰਦਾ ਗਿਆ ਨਾਮ ਹੋਲੀਆਂ ਕਰ ਵੀ ਕੀ ਪੁੱਤਰ ਓਏ ਹਾਂਜੀ ਹੋਰ ਕੀ ਓਏ ਆ ਕੜੀ ਕਿਸੇ ਤੇ ਵੀ ਆ ਸਕਦੀ ਹੂੰ ਦੁਆਨਾ ਸਾਹਿਬ ਮੈਂ ਤੁਹਾਨੂੰ ਭਲਾ ਕਿਉਂ ਨਹੀਂ ਬਰਨ ਦੇਣਾ ਕਿਉਂਕਿ ਤੁਸੀਂ ਤੇ ਮੈਂ ਦੋਵੇਂ ਇੱਥੇ ਇਕੱਲੇ ਆ ਲੋਕਾਂ ਨੇ ਕਹਿਣਾ ਇਹਨੇ ਨੂੰ ਧੱਕਾ ਦੇ ਦਿੱਤਾ ਇਸ ਲਈ ਮੈਂ ਤੁਹਾਨੂੰ ਬਚਾਉਣਾ ਹੀ ਬਚਾਉਣਾ ਜੋ ਮਰਦੀ ਪੁੱਤਰ ਮੈਂ ਲਿਖ ਕੇ ਦੇਵਾਂਗਾ ਮੈਂ ਆਪਣੀ ਮਰਜ਼ੀ ਨਾਲ ਮਰਿਆ ਤੁਹਾਨੂੰ ਤੇ ਲਿਖਣਾ ਨਹੀਂ ਆਉਣਾ ਅੰਗੂਠਾ ਲਾ ਦੇਵਾਂਗਾ ਮੈਂ ਪੁੱਤਰ ਓਏ ਤੇ ਲਿਖ ਮੈਂ ਦਿਆਂ ਓਏ ਡਾਕ ਸਤਾ ਪੁੱਤਰ ਓਏ ਆ ਗਈ ਆ ਗਈ ਆ ਗਈ ਆ ਗਈ ਉਹ ਵੇਖਿਆ ਇੰਨਾ ਗੱਲਾਂ ਦੇ ਚਿੱਤਰ ਪੈਂਦੇ ਨੇ ਉਹ ਕਾਗਜ਼ ਚੁੱਕਣ ਵਾਲੀ ਹੈ ਹੈ ਤੇ ਆਨਸਰ ਤੁਹਾਡਾ ਉੱਥੇ ਹੀ ਕੰਮ ਬੜੇ ਕਿਤੇ ਪੁੱਤਰ ਤੰਗ ਕਰਨ ਦੇ ਉਹ ਕੰਮ ਨਹੀਂ ਕਰਨ ਦੇ ਹਾਏ ਮੈਨੂੰ ਕਹਿੰਦੇ ਹੈ ਪੁੱਤਰ ਮੇਰੇ ਹਾਂ ਕੋਈ ਇੱਟਾ ਚੁੱਕ ਹੈ ਇੱਟਾ ਚੁੱਕ ਤੇ ਸਾਰੀ ਜ਼ਿੰਦਗੀ ਤੁਸੀਂ ਅੱਤ ਚੁੱਕੀ ਮਾਸ਼ਾਅੱਲਾ 6 ਮੁੰਡੇ ਨੇ ਹਾਂ ਹੈ ਜੀ ਕਮੇਟੀਆਂ ਤੁਸੀਂ ਚੁੱਕੀਆਂ ਹਾਂ ਪੇਟੀਆਂ ਤੁਸੀਂ ਚੁੱਕੀਆਂ ਹੈ ਜੀ ਲੋਕਾਂ ਨੇ ਜੋ ਬਾਹਰ ਪਈਆਂ ਚੀਜ਼ਾਂ ਤੁਸੀਂ ਚੁੱਕੀਆਂ ਹਾਂ ਤੁਹਾਨੂੰ ਯਾਦ ਹੈ ਕਾਰਖਾਨੇ ਕੰਮ ਕਰਦੇ ਸੀ ਮੋਟਰਾਂ ਵਾਲੇ ਆਹੋ ਉੱਥੋਂ ਮੋਟਰਾਂ ਤੁਸੀਂ ਚੁੱਕੀਆਂ ਹੈ ਜੀ ਮੁਸੀਤੋਂ ਤੁਹਾਨੂੰ ਮਾਰ ਪਈ ਜੁੱਤੀਆਂ ਤੁਸੀਂ ਚੁੱਕੀਆਂ ਕਿਹੜੀ ਚੀਜ਼ ਜਿਹੜੀ ਤੁਸੀਂ ਨਹੀਂ ਚੁੱਕੀ ਓਏ ਕੁਛ ਨਜ਼ਰ ਆਣ ਰਿਹਾ ਹੈ ਇਹ ਚਿੱਟੇ ਕੱਪੜੇ ਵਾਲੇ ਕੌਣ ਆ ਓਏ ਉਹ ਨਹੀਂ ਹੈਗਾ ਉਹ ਲੇਟ ਆਉਣਗੇ ਜਦੋਂ ਗੱਡੀ ਆਏਗੀ ਤੇ ਬਾਅਦ ਆਉਣੇ ਨੇ ਉਹ ਬੰਦੇ ਹੋਰ ਆ ਕੋਈ ਹੋਰ ਮੁੰਡੇ ਕਹਿੰਦੇ ਇੱਟਾਂ ਚੁੱਕ ਮੈਂ ਅੱਧੀ ਰਾਤ ਨੂੰ ਇੱਟਾਂ ਚੁੱਕ ਲਈਆਂ ਹਾਏ 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 ਵੇਖ ਇਹ ਹੁੰਦਾ ਜੇ ਬਾਪ ਦੀਵਾਨਾ ਸਾਹਿਬ ਤੇ ਅੱਧੀ ਜ਼ਬਾਨ ਨਾਲ ਔਲਾਦ ਨੇ ਕਿਹਾ ਤੇ ਬਾਪ ਨੇ ਹਾਏ ਹਾਏ ਬਸ ਰੋਣਾ ਨਾ ਪਤਾ ਕੀ ਗੱਲ ਹੈ ਹੁਣ ਰੋਣ ਤੇ ਮੁੱਕ ਗਿਆ ਜਾਣਾ ਤੇ ਹੈ ਹੀ ਥੋੜੀ ਦੇਰ ਤੱਕ ਉਹ ਤੇਰਾ ਦਿਮਾਗ ਖਰਾਬ ਆ ਹਾਂ ਮਰਨਾ ਮੈਂ ਆ ਗੱਲਾਂ ਤੂੰ ਪੁੱਠੀਆਂ ਕਰਨ ਦੇ ਤੇ ਫਿਰ ਟਾਈਮ ਦੇਖੋ ਨਾ ਜਿਹੜਾ ਲਿਖਿਆ ਉਹ ਹੀ ਹੈ ਉਸ ਤੋਂ ਪਹਿਲੇ ਨਾ ਤੁਹਾਨੂੰ ਆਉਣੀ ਹੈ ਤੇ ਨਾ ਤੁਸੀਂ ਉਸ ਤੋਂ ਪਹਿਲੇ ਬਚਣਾ ਹੈ ਗੱਲ ਸਮਝਿਓ ਇਹ ਛੱਡ ਦਿਓ ਤੁਸੀਂ ਅੱਲਾ ਦੇ ਕੰਮ ਨੇ ਮੈਂ ਵੀ ਟ੍ਰੇਨ ਹੀ ਡਿੱਗਣ ਨੇ ਮੈਂ ਜਾਣਾ ਵਰਨਾ ਮੈਨੂੰ ਕੰਮ ਇਹਨੂੰ ਵੀ ਹੈ ਆ ਕੀ ਇਹ ਨਾਲ ਇਹ ਰਜਿਸਟਰੀ ਹੈ ਮਕਾਨ ਦੀ ਇਹ ਸ਼ੁਕਰ ਆ ਕਿ ਮੇਰੇ ਨਾਂ ਆ ਪਹਿਲੀ ਜਿਹੜੀ ਮੈਂ ਸ਼ਾਦੀ ਕੀਤੀ ਸੀ ਨਾ ਉਹਦੇ ਨਾਂ ਕਰਤੀ ਸੀ ਫਿਰ ਉਥੋਂ ਮੈਂ ਨਿਕਲ ਗਿਆ ਘਰੋਂ ਉਹ ਘਰ ਸਾਂਭ ਕੇ ਬਹਿ ਗਈ ਇਹ ਮਕਾਨ ਦੀ ਰਜਿਸਟਰੀ ਮੇਰੇ ਨਾਂ ਆ ਇਹ ਮੁੰਡੇ ਘਰੋਂ ਜਾਣਗੇ ਮੈਂ ਨਹੀਂ ਨਿਕਲ ਸਕਦਾ ਨਹੀਂ ਤੇ ਨਾਲ ਲੇਜ਼ ਵੀ ਰੱਖੀ ਏ ਵਿੱਚ ਪਤਾ ਨਹੀਂ ਕੀ ਰੱਖਿਆ ਤੁਸੀਂ ਤੂੰ ਬਹੁਤਾ ਲੇਜ਼ ਨਾ ਹੋ ਮੇਰਾ ਦਿਮਾਗ ਖਰਾਬ ਨਾ ਕਰ ਮੈਂ ਦੱਸਾਂ ਤੇਰਾ ਸਮਾਨ ਲੈ ਕੇ ਆਉਂਦੀ ਕੀ ਲੋੜ ਸੀ ਯਾਰ ਮਰਨਾ ਸੀ
खा पी के बंदा मरे और भुखा मर जाए। अद्धी तेरे वाली मैं फिर इटा चुकिया अद्धी रात नू मजदूर ना चुक तो मैं समझा रे कहने उंज चुक नहीं नहीं किसी नाल चुकदा वेखदा बंदा बुरा लगदा सारे चुकणे ने तुसी वी लगे किते बुरे लगोगे मजदूर ने चुकणियां मरनियां होए होए दीवाना साहब इन्हां गल्लां नू छड्डो मजाक अपनी जगह उठो यार घर चलिए शाम हो रही है वो सारे परेशान होंगे ने घर ओ मैं बकरियां शाम हो रही है घर जाना मैं कोई नहीं जाना जोड़ा घर कार तो नफरत हो गई है मैनू कार तो मोटरसाइकिल ना ठीक है तड़ी तबीयत कार तो की ओए कार तो अच्छा कार कार मैं कहा पता नहीं कार तो नफरत हो गई था कार तो करी पुठियां गल्ला तो करन दे यार यार चलिए घर परेशान नहीं करीदा घर वाले सारे परेशान ओबे की तन दे पता ही है की मेरे चेहरे ते लाली आउंदियां सन हाय हाय की मेरी जान हुंदी सी जवानी ते ताड़ी वाकई की लश पश जवानी हुंदी सी हाय औरतां ने छत्ता ते आ जाना जनाजा जा रहे हुंदे जनाजा किहो जी गल्ला जा दा नी तैनूं ते पता ही आ वे की जवानी सी मेरी हाय हाय की गोल्डन जवानी ते ताड़ी कमाल सी सारी सारी औलाद खा गई आ हाय ऐ गोल्डन सेबर का ऐ गल्ला होणियां गोल्डन हाय हाय गोल्डन बड़ियां गल्लां करदा सी आ मौना बंदियां तों पचना जेडे गल्लां पुटदे सन हाय हाय ਬੁੱਢੀ ਵੀ ਲਾਲੀਆਂ ਪਕੜੀਆਂ ਤੁਹਾਡੀਆਂ ਹਾਏ 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 ਲੋਕਾਂ ਨੇ ਕਿਹੜਾ ਪਤਾ ਨਹੀਂ ਮੂੰਹ ਨੂੰ ਅੱਗ ਲੱਗੀ ਅੱਗ ਲੱਗੀ ਹੈ ਉਸ ਕਿਹੜਾ ਸੋਹਣਾ ਤੁਹਾਡਾ ਰੰਗ ਰੂਪ ਸੀ ਬਾਸ ਆ ਜਾ ਵਿੱਕੀ ਹਾਏ ਹਾਏ ਇਹ ਮਾਹੌਲ ਦਾ ਵੇਲਾ ਨਹੀਂ ਆ ਨਹੀਂ ਨਹੀਂ ਮੇਰੀ ਜਾਨ ਤੇ ਬਣੀ ਐ ਇਸ ਵੇਲੇ ਹਾਏ ਹਾਏ ਕਿੱਥੇ ਰਹਿ ਗਈ ਆ ਟ੍ਰੇਨ ਵਾਲੇ ਦੀ ਵੀ ਸਮਝ ਨਹੀਂ ਆਉਂਦੀ ਵੀ ਜਾਣ ਕਿ ਲੇਟ ਕਰਦੇ ਨੇ ਪਤਾ ਇੱਕ ਬੰਦੇ ਨੂੰ ਕੰਮ ਏ ਉਹਨੇ ਥੱਲੇ ਆਉਣਾ ਹੈ ਟਾਈਮ ਨਾਲ ਆ ਜਾਓ ਵਿੱਕੀ ਕਿਤੇ ਫੜ ਕੇ ਪਰੇ ਹੀ ਲੈ ਜਾ ਮੈਨੂੰ ਕਿੱਥੇ ਪਰੇ ਲੈ ਜਾ ਪਰੇ ਨੂੰ ਹੀ ਲੈ ਜਾ ਯਾਰ अगर जिंदा वापस गए ना मेरा नहीं ख्याल मजीद इज्जत वधेगी घटेगी इस तरह बहुत मैं रोटी खान दिया मैं पानी पीना से कहनी नहा लगिया पी लेना जो लिखा हो गया कहिंदी रोज ही तू आ जाना रोज तू आ जाना तेरा ठेका ले आया सी दसो यार मैं बच्चे का प्यो आ यानी कि घर आउण तों भी तरास हां जी कहिंदे रोज आ जाना तो तुसी कोई 4 दिन का गैप पा लिया करो मिसाल नहीं सुनी भी रोज जानना इज्जत घट जाती कि भी जाओ यार मैं घर जाना तो मैं शाही महल जाना आई नहीं हले यार आ गई आ जाएगी आ जाएगी अच्छा जी आ जाएगी ना आ जा किथे कोई और बंदा थल्ले देन दे ही है कोई गल नहीं को देखो ना जी ਤੁਸੀਂ ਕੱਲੇ ਤੇ ਨਾ ਮਰਨ ਵਾਲੇ ਕਰੋ ਕਰੀ ਮਰਨ ਵਾਲੇ ਬੰਦੇ ਪਏ ਨੇ ਵਿਚਾਰੇ ਹਾਲਾਤ ਹੀ ਐਸੇ ਆ ਗਏ ਇਹਨਾਂ ਦਾ ਕੰਮ ਵਧੀਆ ਅੱਜ ਕੱਲ ਉਹਨੇ ਰਾਜ ਕੰਮ ਕਰਦੀ ਨਹੀਂ ਹੋਣਾ ਮੈਂ ਤਾਂ ਬਹੁਤ ਟ੍ਰੇਨ ਹੋ ਗਏ ਆ ਕੋਈ ਨਹੀਂ ਆਉਣ ਦੇ मुनासिब नहीं थले आना पैना थले जाना और मैं गुड़ी बढ़ानी चढ़ के मेरा दिल करता मैं और ना को 5 मिनट देख लो आखिरी दीदा चबला जा थोड़ी याद अपने दिल च तू तेरा दिल कर रहा है मैं सेल्फी बना ला बड़ा सेल्फिश हो गया तो खुदा की कसम मोबाइल कर भूल वरना मेरा दिल कर कितनी देर दा मैं सेल्फियां लवा मैं तुम्हें पैगाम देंगे उत्ते जाके आ गल दस देना महाराज जी कलैनी है ना कहती तू घर नहीं बनना यार इनी मान दी गल बस लव मैरिज कर बैठा सा
ਯਬ ਨੂੰ ਪੈ ਗਏ ਆ ਮੈਂ ਲਵ ਮੈਰਿਜ ਕੀਤੀ ਹਾਂ ਓਏ ਹੋਏ ਹੋਏ ਬਸ ਦੇ ਲੈ ਕਿਉਂਕਿ ਆਸ਼ਕ ਹਮੇਸ਼ਾ ਮਰੇ ਹੀ ਨੇ ਬਸ ਕੀ ਕਰੀਏ ਮੈਂ ਕਹਿੰਦਾ ਤੁਸੀਂ ਰਹਿ ਗਏ ਨਾ ਅਗਰ ਰਹਿੰਦਾ ਤੇ ਸਟੋਰੀ ਅੱਗੇ ਚੱਲਣੀ ਮੇਰੀ ਗੱਲ ਯਾਦ ਰੱਖੀ ਪੁੱਤ ਵਿਕੀ ਆਸ਼ਕ ਮੌਤ ਤੋਂ ਨਹੀਂ ਡਰਦੇ ਨਹੀਂ ਨਹੀਂ ਲਿਤਰਾ ਤੋਂ ਡਰਦੇ ਆ ਤੇ ਟ੍ਰੇਨ ਤੋਂ ਕਿਉਂ ਡਰਨ ਦੇ ਨੇ ਹੁਣ ਕੀ ਕਰਨਾ ਚਾਹੀਦਾ ਆਸ਼ਕ ਲੋਕ ਦੇ ਕਮਲੇ ਰਮਲੇ ਟ੍ਰੇਨ ਬੜੀ ਸਿਆਣੀ ਆਏ ਹਾਏ ਉੱਠੋ ਯਾਰ ਚੱਲੀਏ ਐਵੇਂ ਅੱਛਾ ਉੱਠੋ ਦੇਖ ਲੈ ਮੈਂ ਘਾਟ ਚੱਲ ਮੈਂ ਤੁਹਾਨੂੰ ਲੈ ਕੇ ਨਹੀਂ ਜਾ ਰਿਹਾ ਮੈਂ ਤੇਰੇ ਕਹਿਣ ਤੇ ਚੱਲਾਂ ਮੇਰੀ ਜ਼ਿੰਮੇਵਾਰੀ ਦੇਖ ਲੈ ਆਜੋ ਛੱਡੋ ਮੈਨੂੰ ਉੱਥੇ ਉਹਨਾਂ ਕੋ ਮਰਵਾਈ ਨਾ ਇਸ ਗੱਲ ਦੀ ਗਰੰਟੀ ਨਹੀਂ ਕਿ ਦੇਖੋ ਮੈਂ ਤੈਨੂੰ ਘਰ ਲੈ ਕੇ ਜਾਣਾ ਹੈ ਮੇਰੇ ਆਉਣ ਤੱਕ ਕੁਝ ਹੋ ਗਿਆ ਤੇ ਮੈਂ ਜ਼ਿੰਮੇਵਾਰ ਨਹੀਂ ਇਹ ਕੀ ਗੱਲ ਹੋਈ ਉਹ ਨਹੀਂ ਕੁਝ ਕਹਿੰਦੇ ਯਾਰ ਉਹ ਚੱਲ ਮੈਂ ਤੇਰੀ ਗੱਲ ਰੱਖ ਲੈਣਾ ਆ ਜਾ ਯਾਰ ਆ ਜਾ ਆ ਜਾ ਐਵੇਂ ਹੀ ਰੋਲਾ ਪਾਇਆ ਬਸ ਠੀਕ ਹੋ ਗਿਆ।